ਜਲੰਧਰ ਬੈਸਟ ਬਾਈ ਇਲੈਕਸ਼ਨ ਦੇ ਜਿਹੜੇ ਮਤਲਬ ਕਿ ਚੁਣਾਵ ਪ੍ਰਚਾਰ ਆ ਉਹ ਪੂਰੇ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਹੋ ਚੁੱਕਿਆ ਕਿਉਂਕਿ 10 ਤਰੀਕ ਨੂੰ ਇੱਥੇ ਵੋਟਾਂ ਪੈਣੀਆਂ, ਅੱਜ 5 ਤਰੀਕ ਆ, ਸਿਰਫ 3 ਦਿਨ ਜਿਹੜੇ ਆ ਉਹ ਪ੍ਰਚਾਰ ਦੇ ਬੈਲੈਂਸ ਰਹਿ ਗਏ ਆ। ਔਰ ਤੁਸੀਂ ਦੇਖੋ ਸਾਰੀਆਂ ਪਾਰਟੀਆਂ ਇੱਕ ਦੂਜੇ 'ਤੇ ਆਰੋਪ ਅਤੇ ਪੱਤਰ ਆਰੋਪ ਲਗਾ ਰਹੀਆਂ, ਇੱਕ ਦੂਜੇ ਨੂੰ ਨਿੱਚਾ ਦਿਖਾਉਣ ਦੀ ਕੋਸ਼ਿਸ਼ ਕਰ ਰਹੀਆਂ। ਸਾਡੇ ਨਾਲ ਵਿਜੇ ਸਾਂਪਲਾ ਜੀ ਹੈ, ਬੀਜੇਪੀ ਦੇ ਬੜੇ ਸੀਨੀਅਰ ਆਗੂ ਆ, ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਜਾਣਦੇ ਹਾਂ। ਸਰ 10 ਤਰੀਕ ਨੂੰ ਵੋਟਾਂ ਪੈਣੀਆਂ, ਬਾਈ ਇਲੈਕਸ਼ਨ ਹੈਗਾ, ਹੁਣ ਦੌਰ ਕੀ ਚੱਲ ਪਿਆ? ਮਤਲਬ ਕਿ ਪਹਿਲੇ ਦੌਰ ਚੱਲ ਰਿਹਾ ਸੀ ਇੱਕ ਦੂਜੇ ਦੀਆਂ ਉਹ ਦੱਸਣਾ ਵੀ ਕੀ ਅਸੀਂ ਕਰਾਂਗੇ, ਕੀ ਵਿਕਾਸ ਆ, ਲੇਕਿਨ ਹੁਣ ਵਿਕਾਸ ਦਾ ਮੁੱਦਾ ਕਿਤੇ ਪਿੱਛੇ ਰਹਿ ਗਿਆ ਅਤੇ ਇੱਕ ਦੂਜੇ ਦੇ ਉੱਤੇ ਬਲੇਮ ਦਾ ਮੁੱਦਾ ਜਿਹੜਾ ਉਹ ਅੱਗੇ ਨਿਕਲ ਗਿਆ। ਦੇਖੋ ਇਹ ਜਿਹੜੀ ਬਹੁਤ ਸਾਰੀ ਇਸ ਗੱਲ ਨਾਲ ਮੈਂ ਸਹਿਮਤ ਹਾਂ ਤੁਹਾਡੀ ਗੱਲ ਨਾਲ, ਪਰ ਜਦੋਂ ਸੂਬੇ ਦਾ ਇੱਕ ਮੁੱਖ ਮੰਤਰੀ ਜੀ ਇੱਕ ਆਪਣੇ ਆਪ ਦੇ ਲੇਵਲ ਤੋਂ ਬਹੁਤ ਥੱਲੇ ਉਤਰ ਕੇ ਗੱਲ ਕਰੇਗਾ ਜੀ ਔਰ ਮੰਚਾਂ ਤੋਂ ਚੈਲੇਂਜ ਕਰੇਗਾ ਕਿ ਜਾਂ ਮੈਂ ਤੈਨੂੰ ਚੈਲੇਂਜ ਕਰਦਾ ਤੂੰ ਕੀ ਕਰਦਾ, ਇਹ ਇੱਕ ਭਾਸ਼ਾ ਜਿਹੜੀ ਆ ਮੁੱਖ ਮੰਤਰੀਆਂ ਦੀ ਨਹੀਂ ਹੈ ਜੀ। ਔਰ ਜਿਸ ਤਰੀਕੇ ਦੇ ਨਾਲ ਇੱਥੇ ਪ੍ਰਚਾਰ ਕੀਤਾ ਜਾਂਦਾ ਸਾਡੇ ਕੈਂਡੀਡੇਟ ਦੇ ਖਿਲਾਫ਼ ਔਰ ਇੱਥੇ ਜਿਸ ਤਰੀਕੇ ਦੇ ਆਰੋਪ ਲਗਾਏ ਜਾਂਦੇ ਆ ਸਾਬਤ ਕਰਨ ਦੇ ਲਈ ਕੁਛ ਵੀ ਨਹੀਂ ਜੀ, ਉਹਨਾਂ ਨੂੰ ਕਦੀ ਕੁਛ ਤਰੀਕੇ ਨਾਲ ਕਿਹਾ ਜਾਂਦਾ, ਕਦੀ ਗੁੰਡਾ ਕਿਹਾ ਜਾਂਦਾ, ਕਦੀ ਉਹਨੂੰ ਕਿਹਾ ਜਾਂਦਾ ਕਿ ਜੀ ਦੜੇ ਸੱਟੇ ਵਾਲਾ, ਕਦੀ ਫਲਾਨੇ ਵਾਲਾ, ਕਦੀ ਤਲਾਨੇ ਵਾਲਾ, ਔਰ ਇੱਕ ਵੀ ਚੀਜ਼ ਉਹ ਸਾਬਤ ਨਹੀਂ ਕਰ ਸਕਦੀ। ਔਰ ਇਹ ਜਿਹੜੇ ਘਟੀਆਪਨ ਜਿਹੜਾ ਆ, ਔਰ ਇਹ ਕੋਈ ਹੋਰ ਕਰਦਾ ਤਾਂ ਗੱਲ ਸਮਝ ਆਉਂਦੀ ਹੈ ਜੀ, ਪਰ ਇਹ ਘਟੀਆਪਨ ਜਦੋਂ ਮੁੱਖ ਮੰਤਰੀ ਕਰੇ ਜੀ ਤਾਂ ਬੜਾ ਅਜੀਬ ਜਿਹਾ ਲੱਗਦਾ ਜੀ। ਔਰ ਫਿਰ ਜਦੋਂ ਉਹ ਚੈਲੇਂਜ ਕਰਦਾ ਕਿ ਮੈਂ ਚੈਲੇਂਜ ਕਰਦਾ ਤੂੰ 5 ਤਰੀਕ ਨੂੰ ਕੀ, ਅੱਜ 5 ਤਰੀਕ ਆ, ਮੈਂ 5 ਤਰੀਕ ਨੂੰ ਕੀ, ਤੂੰ 4 ਹੁਣੇ ਹੀ ਕਰ, ਕੱਲ੍ਹ ਕਰ, ਹੁਣੇ ਹੀ ਕਰ, ਮੈਂ ਤੇਰੇ ਨਾਲ ਆਉਣਾ। ਫਿਰ ਮੁੜ ਕੇ ਉਹਨਾਂ ਨੂੰ ਜਦੋਂ ਚੈਲੇਂਜ ਕੀਤਾ ਕਿ ਆ ਬਈ ਮੈਦਾਨ 'ਚ ਆ ਜਾ ਬੈਠ ਔਰ ਸਾਹਮਣੇ ਸਾਨੂੰ ਦਾ ਅਸੀਂ ਗੱਲਬਾਤ ਕਰ ਲੈਂਦੇ ਹਾਂ ਔਰ ਅਸੀਂ ਵੀ ਆਪਣੇ ਤੱਥ ਦੇਣੇ ਹਾਂ, ਤੂੰ ਵੀ ਦੇ ਦੇ, ਤੂੰ ਵੀ ਆਰੋਪ ਲਗਾ ਰਿਹਾ, ਮੈਂ ਵੀ ਆਰੋਪ ਲਗਾ ਰਿਹਾ, ਅਤੇ ਆਪਾਂ ਇੱਕ ਦੂਸਰੇ ਨੂੰ ਸਾਹਮਣੇ ਕਰ ਲੈਂਦੇ ਹਾਂ। ਫਿਰ ਉਹ ਆਇਆ ਹੀ ਨਹੀਂ, ਫਿਰ ਉਹ ਆਪਣੀ ਗੱਲ ਤੋਂ ਭੱਜ ਗਿਆ ਔਰ ਉਹਦੀ ਤਾਂ ਇਹਦਾ ਵੀ ਆ ਕਿ ਕੋਈ ਉਹਦੀ ਸਟੇਟਮੈਂਟ ਵੀ ਨਹੀਂ ਆਈ ਉਹਦੇ 'ਤੇ। ਇੱਕ ਦਿਨ ਪਹਿਲਾਂ ਉਹ ਚੀਕ ਚਿਹਾੜਾ ਪਾ ਰਿਹਾ ਔਰ ਦੂਜੇ ਦਿਨ ਉਹ ਦਿਖਾਈ ਨਹੀਂ ਦੇ ਰਿਹਾ, ਇਹਦੇ ਤੋਂ ਮਤਲਬ ਹੈ ਕਿ ਉਹਦੇ 'ਤੇ ਜਿਹੜੇ ਲੋਕ ਸ਼ੀਤਲ ਅੰਗਰਾਲ ਨੇ ਜਿਹੜੇ ਆਰੋਪ ਲਗਾਏ ਸੀ ਉਹਨੇ ਸਵੀਕਾਰ ਕਰ ਲਏ ਔਰ ਸ਼ੀਤਲ ਅਪਰੋ 'ਤੇ ਜਿਹੜੇ ਲਗਾਏ ਸੀ ਉਹ ਸਾਹਮਣੇ ਖੜ੍ਹਾ ਹੋ ਗਿਆ ਸਾਬਤ ਕਰ, ਉਹ ਖੜ੍ਹਾ ਹੋ ਗਿਆ, ਉਹ ਤਾਂ ਕਿਤੇ ਆਇਆ ਨਹੀਂ। ਸੋ ਇਹ ਜਿਹੜੀ ਪਹਿਲੀ ਗੱਲ ਤਾਂ ਉਹਦੀ ਤਰੀਕਾ ਗਲਤ ਸੀ, CM ਦਾ ਤਰੀਕਾ ਗਲਤ ਸੀ ਔਰ ਇੱਕ MLA ਦੇ ਕੈਂਡੀਡੇਟ ਨੂੰ ਚੈਲੇਂਜ ਕਰਨਾ ਇਹ ਤਰੀਕਾ ਵੀ ਗਲਤ ਸੀ। ਔਰ ਇੱਕ ਚੀਜ਼ ਇਸ ਇਲੈਕਸ਼ਨ 'ਚ ਸਾਨੂੰ ਇਹ ਦੇਖਣ ਨੂੰ ਮਿਲੀ ਹੈ ਕਿ ਪੰਜਾਬ ਦੀ ਪੂਰੀ ਸਰਕਾਰ ਸੜਕਾਂ 'ਤੇ ਤੁਰੀ ਫਿਰਦੀ ਹੈ ਔਰ ਲੋਕਾਂ 'ਤੇ ਦਬਾਅ ਬਣਾ ਰਹੀ ਹੈ। ਕਾਰਗੁਜ਼ਾਰੀ ਹੋਵੇ ਤਾਂ ਲੋਕ ਘਰ ਹੀ ਵੋਟਾਂ ਪਾਉਣ ਆ ਜਾਣਗੇ, ਅਗਰ ਕੋਈ ਕਾਰਗੁਜ਼ਾਰੀ ਸਰਕਾਰ ਦੀ ਹੋਵੇ ਤਾਂ ਲੋਕਾਂ ਨੂੰ ਉਹਨਾਂ ਨੂੰ ਇੱਥੇ ਘੁੰਮਣ ਦੀ ਲੋੜ ਨਹੀਂ ਹੈ, ਉਹ ਦੱਸਣਗੇ ਅਸੀਂ ਆਹ ਕੀਤਾ ਆਹ ਕੀਤਾ, ਉਹ ਇਹ ਨਹੀਂ ਕਰ ਰਹੇ, ਉਹ ਦਬਕਾ ਮਾਰ ਰਹੇ ਕਿਸੇ, ਉਹਨਾਂ ਨੂੰ ਜਿਹੜੇ ਡਰਾ ਰਹੇ, ਧਮਕਾ ਰਹੇ, ਸ਼ਾਮਿਲ ਕਰ ਰਹੇ, ਉਹਨਾਂ ਨੂੰ ਕਿਸੇ 'ਤੇ FIR ਕਰ ਰਹੇ, ਕਿਸੇ ਦੀਆਂ ਬਦਲੀਆਂ ਕਰਾ ਰਹੇ, ਕਿਸੇ ਨੂੰ ਵਪਾਰ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਔਰ ਇੱਦਾਂ ਹੈ ਕਿ ਸੜਕਾਂ 'ਚ ਇੱਦਾਂ ਫਿਰੇ ਫਿਰਦੇ, ਉਹਨਾਂ ਨੂੰ ਪਸੀਨੇ ਛੁੱਟੇ ਪਏ। ਇਸ ਗੱਲ ਲਈ ਤਾਂ ਮੈਂ ਦਾਦ ਦਿਆਂਗਾ ਸ਼ੀਤਲ ਅੰਗਰਾਲ ਨੂੰ ਕਿ ਪੂਰੀ ਪੰਜਾਬ ਸਰਕਾਰ ਦੇ ਜਿਹੜੇ ਪਸੀਨੇ ਛੁੱਟੇ ਆ ਉਹਨਾਂ ਦੇ ਵਿੱਚ ਕਾਰਗੁਜ਼ਾਰੀ ਹੁੰਦੀ ਅਤੇ ਉਹਨਾਂ ਨੂੰ ਇੱਥੇ ਗਲੀਆਂ 'ਚ ਘੁੰਮਣ ਦੀ ਇੰਨੀ ਗਰਮੀ 'ਚ ਲੋੜ ਨਹੀਂ ਸੀ। ਔਰ ਫਿਰ CM ਆਪ ਲੱਗਾ ਆ, ਉਹਦੀ ਭੈਣ ਵੀ ਲੱਗੀ ਆ, ਉਹਦੀ ਘਰ ਵਾਲੀ ਵੀ ਲੱਗੀ ਆ, ਮਤਲਬ ਪੂਰਾ ਪਰਿਵਾਰ ਲੱਗਾ ਆ ਔਰ ਇਹ ਜਿਹੜਾ ਰਿਜ਼ਲਟ ਹੈ ਉਹ ਕੀ ਹੋਣਾ ਇਹ ਪਤਾ ਨਹੀਂ, ਪਰ ਇਹ ਕਹਿ ਸਕਦਾ ਕਿ ਇਸ ਚੁਣਾਵ ਤੋਂ ਬਾਅਦ ਮੁੱਖ ਮੰਤਰੀ ਦਾ ਬਦਲਣਾ ਇਹ ਤੈਅ ਜਿਹਾ ਲੱਗ ਰਿਹਾ ਕਿ ਜਿਸ ਤਰੀਕੇ ਦੀ ਉਹ ਕਾਰਗੁਜ਼ਾਰੀ ਹੈ ਇਹ ਮੁੱਖ ਮੰਤਰੀ ਜਿਹੜਾ ਆ ਉਹਨਾਂ ਦੇ ਆਪਣੇ ਬੰਦਿਆਂ ਨੇ ਉਹਨਾਂ ਨੂੰ ਬਦਲ ਜਿਹੜਾ ਆ
ਇੱਥੋਂ ਚੱਲਦਾ ਕਰਨਾ, ਇਹ ਸਾਨੂੰ ਦਿਖਾਈ ਦੇ ਰਿਹਾ। ਸਰ ਸ਼ੀਤਲ ਗੁਰਾਲ ਜੀ ਨੇ ਚੈਲੰਜ ਕੀਤਾ, ਬਕਾਇਦਾ ਸੀ ਐੱਮ ਸਾਹਿਬ ਦੀ ਕੁਰਸੀ ਵੀ ਲਗਾਈ ਸੀ, ਬਕਾਇਦਾ ਮੀਡੀਆ ਨੂੰ ਵੀ ਉਹਨਾਂ ਨੇ ਬੁਲਾਇਆ ਗਿਆ, ਹਾਲਾਂਕਿ ਸੀ ਐੱਮ ਸਾਹਿਬ ਨਹੀਂ ਆਏ, ਪਰ ਉਹਨਾਂ ਨੇ ਜਾਂਦੇ ਹੋਏ ਇੱਕ ਪੈਨ ਡਰਾਈਵ ਜ਼ਰੂਰ ਕੱਢੀ। ਉਹਨਾਂ ਨੇ ਕਿਹਾ ਵੀ ਇਸ 'ਚ ਸਾਰੇ ਸਬੂਤ ਹੈਗੇ ਆ, ਹਾਲਾਂਕਿ ਉਹ ਜਿਹੜੇ ਸਬੂਤ ਹੈ ਉਹਨਾਂ ਨੇ ਮੀਡੀਆ ਦੇ ਅੱਗੇ ਜਨਤਕ ਨਹੀਂ ਕੀਤੇ। ਸੋ ਉਹਨੂੰ ਨਹੀਂ ਲੱਗਦਾ ਅਗਰ ਉਸ 'ਚ ਫੈਕਟ ਸੀਗੇ, ਉਹ ਸਬੂਤ ਸੀਗੇ, ਜਦੀ ਉਸ 'ਚ ਕੋਈ ਆਡੀਓ ਕਲਿੱਪ ਸੀਗੀ ਜਾਂ ਉਸ 'ਚ ਕੋਈ ਰਿਕਾਰਡਿੰਗ ਸੀਗੀ, ਉਹਨਾਂ ਨੂੰ ਜਨਤਕ ਕਰਨੀ ਚਾਹੀਦੀ ਸੀ। ਜਦੋਂ ਚੈਲੰਜ ਕਰਤਾ ਉੱਥੇ ਮੀਡੀਆ ਵੀ ਸੀਗਾ, ਤਾਂ ਤੁਹਾਨੂੰ ਨਹੀਂ ਲੱਗਦਾ ਵੀ ਉਹ ਸਾਰੀਆਂ ਗੱਲਾਂ ਜਿਹੜੀਆਂ ਮੀਡੀਆ ਦੇ ਅੱਗੇ ਲਿਆਂਦੀਆਂ ਜਾਣੀਆਂ ਚਾਹੀਦੀਆਂ ਸੀ? ਦੇਖੋ, ਇੱਕ ਉਹਨਾਂ ਨੂੰ ਮੌਕਾ ਦਿੱਤਾ ਸੀ, ਆ ਜਾਓ ਆਪਾਂ ਪਹਿਲਾਂ ਬੈਠ ਕੇ ਪਲੇਟਫਾਰਮ 'ਤੇ ਗੱਲ ਕਰੀਏ, ਅਸੀਂ ਵੀ ਗੱਲ ਕਰਦੇ ਹਾਂ, ਤੂੰ ਵੀ ਆਪਣੀ ਗੱਲ ਕਰ ਰੱਖਦਾ, ਆਣ ਕੇ ਅਸੀਂ ਤੈਨੂੰ ਦੱਸਦੇ ਹਾਂ। ਔਰ ਨਾਲ ਉਹਨੇ ਤੁਹਾਨੂੰ ਇਹ ਵੀ ਦੇਖਿਆ ਹੋਣਾ ਕਿ ਤੁਸੀਂ, ਉਹਨੇ ਕਿਹਾ ਕਿ ਪਹਿਲਾਂ ਵੀ ਜਿੰਨੀਆਂ ਸੀਡੀਆਂ ਪੈਨ ਡਰਾਈਵਸ ਦਿੱਤੀਆਂ ਗਈਆਂ ਉਹ ਰੱਦੀ ਦੀ ਟੋਕਰੀ 'ਚ ਗਿਆ, ਉਹਨਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ, ਔਰ ਅਸੀਂ ਉਹਨਾਂ ਨੂੰ ਦਿਆਂਗੇ ਜਿੱਥੇ ਇਹਦੇ 'ਤੇ ਕੋਈ ਕਾਰਵਾਈ ਹੋ ਸਕੇ। ਔਰ ਇਹਦੀ ਜਿੱਥੇ ਤੱਕ ਜਨਤਕ ਦੀ ਗੱਲ ਹੈ, ਜਨਤਕ ਤਾਂ ਪਹਿਲਾਂ ਵੀ ਸੀਡੀਆਂ ਹੋ ਗਈਆਂ, ਉਹਨਾਂ 'ਤੇ ਇਸ ਸਰਕਾਰ ਨੇ ਕਿਹੜੀ ਕਾਰਵਾਈ ਕੀਤੀ? ਸੋ ਇਹ ਵੀ ਕਰਾਂਗੇ, ਜਨਤਕ ਵੀ ਉਹਨੂੰ ਜੇ ਲੋੜ ਪਈ ਤਾਂ ਫਿਰ ਵੀ ਕਿਤੇ ਲੋੜ ਪਈ ਤਾਂ ਉਹਨੂੰ ਵੀ ਜਿਹੜਾ ਉਹ ਕਰੇਗਾ। ਇਹ ਕੰਮ ਜਿਹੜਾ ਮੇਰਾ ਨਹੀਂ ਹੈ, ਇਹ ਸ਼ੀਤਲ ਉਂਗਰਾਲ ਦਾ, ਪਰ ਮੈਂ ਇਹ ਕਹਾਂਗਾ ਉੱਥੇ ਕਿਉਂਕਿ ਚੈਲੰਜ ਦੋਨਾਂ ਦੇ ਵੱਲੋਂ ਬਰਾਬਰ ਆਇਆ ਸੀ, ਅਤੇ ਉਹਨੂੰ ਆ ਕੇ ਇੱਕ ਦੂਸਰੇ ਦੇ ਉੱਤੇ ਉਹਨੇ ਵੀ ਆਰੋਪ ਲਗਾਏ ਸੀ, ਉਹ ਵੀ ਸਾਬਤ ਕਰੇ, ਇਹ ਵੀ ਸਾਬਤ ਕਰੇ, ਚੈਲੰਜ ਇਹ ਸੀਗਾ। ਠੀਕ ਹੈ, ਆਪਾਂ ਇਹ ਗੱਲਾਂ ਨੂੰ ਛੱਡ ਦਿੰਦੇ ਹਾਂ। ਸਰ ਤੁਸੀਂ ਪਾਰਟੀ ਦੇ ਪ੍ਰਧਾਨ ਵੀ ਰਹੇ ਹੋ, ਕਈ ਅਹੁਦਿਆਂ 'ਤੇ ਤੁਸੀਂ ਕੰਮ ਕੀਤਾ, ਵੈਸੇ ਤੁਹਾਨੂੰ ਕੀ ਲੱਗਦਾ ਜਿਹੜੇ ਚੁਣਾਵ ਹੈ ਉਹ ਵਿਕਾਸ ਦੇ ਮੁੱਦਿਆਂ 'ਤੇ ਜ਼ਿਆਦਾ ਲੜੇ ਜਾਣੇ ਚਾਹੀਦੇ ਆ, ਕਿਉਂਕਿ ਵਿਕਾਸ ਦਾ ਮੁੱਦਾ ਜਿਹੜਾ ਉਹ ਹਰ ਇੱਕ ਬੰਦੇ ਨਾਲ ਜੁੜਿਆ ਹੋਇਆ, ਜਾਂ ਕਿ ਆਰੋਪ ਪ੍ਰਤਿਆਰੋਪਣ ਦੇ ਉੱਤੇ ਲੜਿਆ ਜਾਣਾ ਚਾਹੀਦਾ? ਤੁਹਾਡਾ ਕੀ ਮੰਨਣਾ ਹੈ, ਤੁਹਾਡਾ ਪਰਸਨਲ ਵਿਊ ਕੀ ਹੈ? ਜੇ ਵਿਕਾਸ ਨੇ, ਮੈਂ ਤਾਂ ਪਹਿਲਾਂ ਕਿਹਾ, ਜੇ ਕੁਛ ਵਿਕਾਸ ਕੀਤਾ ਹੁੰਦਾ ਤਾਂ ਪੰਜਾਬ ਸਰਕਾਰ ਨੂੰ, ਉਹਦੀ ਆਪ ਮੰਤਰੀ ਨੂੰ, ਪੂਰੇ ਮੰਤਰੀ ਜਿਹੜੇ 90-92 ਜਿਹੜੇ MLA ਸੀਗੇ ਸਾਰੇ ਇੱਥੇ ਲੱਗੇ ਹੈ, ਘਰ ਵਾਲੀ ਲੱਗੀ ਹੈ, ਭੈਣ ਲੱਗੀ ਹੈ, ਇਹਨਾਂ ਦੀ ਲੋੜ ਨਹੀਂ ਸੀ ਪੈਣੀ ਜੇ ਵਿਕਾਸ ਕੀਤਾ ਹੁੰਦਾ। ਅੱਜ ਜਿਹੜਾ ਸਰਕਾਰ ਜਿਹੜੀ ਹੈ ਭਗਵੰਤ ਮਾਨ ਦੀ ਸਰਕਾਰ, ਇਹ ਚੁਣਾਵ ਲੜ ਰਹੀ ਹੈ, ਉਹ ਵਿਕਾਸ ਦੇ ਮੁੱਦੇ 'ਤੇ ਨਹੀਂ, ਉਹ ਗੁੰਡਾਗਰਦੀ ਦੇ ਮੁੱਦੇ 'ਤੇ ਲੜ, ਧਮਕੀਆਂ ਦੇ, ਸਰਕਾਰੀ ਜ਼ੋਰ 'ਤੇ, ਇਸ ਚੀਜ਼ ਦੇ ਉੱਤੇ ਲੜ ਰਹੀ ਹੈ, ਔਰ ਲੋਕਾਂ ਨੂੰ ਦਬਾਉਣ ਦੀ ਰਾਜਨੀਤੀ ਕਰਕੇ ਲੜੇ। ਉਹਨਾਂ ਕੋਲ ਦੱਸਣ ਨੂੰ ਤਾਂ ਹੈ ਹੀ ਕੁਛ ਨਹੀਂ, ਬੀਬੀਆਂ ਇੱਥੇ ਫਿਰਦੀਆਂ, ਉਹ ਜਿਹੜੀਆਂ ਇੱਕ ਜਿਹੜੇ ਹਜ਼ਾਰ ਰੁਪਇਆ ਹਾਲੇ ਤੱਕ ਨਹੀਂ ਮਿਲਿਆ, ਮੈਂ ਇੱਥੇ ਰੋਜ਼ ਆ ਬੈਠੇ ਹੁੰਦੇ ਆ, ਟੀਚਰ ਆਰਟ ਐਂਡ ਕਰਾਫਟ ਵਾਲੇ, ਉਹ ਰੋਜ਼ ਤਖਤੀਆਂ ਲੈ ਕੇ ਬੈਠੇ ਆ। ਅੱਜ ਹੀ ਹੁਣ ਮੈਂ ਆ ਰਿਹਾ ਮਾਡਲ ਹਾਊਸ ਦੇ ਵਿੱਚ, ਉੱਥੇ ਜਿਹੜੇ ਪ੍ਰੋਫੈਸਰ ਬੈਠੇ ਆ, ਸਾਰੇ ਹੀ ਜਿਹੜੇ ਧਰਨੇ, ਜੇ ਇਹ ਕਾਰਗੁਜ਼ਾਰੀ ਹੁੰਦੀ ਤਾਂ ਧਰਨੇ ਲੈ ਕੇ ਲੋਕ ਤਖਤੀਆਂ ਲੈ ਕੇ ਉਹਨਾਂ ਦਾ ਸਵਾਗਤ ਕਰਦੇ, ਉਹਨਾਂ ਦਾ ਜਵਾਬ ਦੇਣ ਨਾ ਜਿਹੜੇ ਤਖਤੀਆਂ ਲੈ ਕੇ ਬੈਠੇ ਆ, ਜਿਹੜਾ ਉਹਨਾਂ ਦਾ ਸਵਾਗਤ ਕਰ ਰਹੇ ਆ। ਭਾਵ ਵਿਕਾਸ ਨਾਂ ਦੀ ਚੀਜ਼ ਕੋਈ ਨਹੀਂ ਹੈ, ਗੁੰਡਾ ਕਰਦੀ ਆ। ਸਰ ਮੇਰਾ ਲਾਸਟ ਕੁਸ਼ਚਨ ਹੈ, ਚਿਤਰੰਗਰਾਜ ਜੀ 2.5 ਸਾਲ MLA ਰਹੇ ਆ, ਆਮ ਆਦਮੀ ਪਾਰਟੀ 'ਚ ਰਹੇ ਆ, ਸਰਕਾਰ 'ਚ ਰਹੇ ਆ, ਪਰ ਵਿਕਾਸ ਫਿਰ ਵੀ ਨਜ਼ਰ ਨਹੀਂ ਆ ਰਿਹਾ। ਹੁਣ ਫਿਰ ਉਹ ਇਲੈਕਸ਼ਨ ਲੜ ਰਹੇ ਆ, ਜਿੱਤ ਵੀ ਜਾਂਦੇ ਆ, ਮੈਂ ਕਹਿੰਦਾ ਫਿਰ ਵੀ ਉਹ ਵਿਰੋਧੀ ਧਿਰ 'ਚ ਬੈਠਣਗੇ, ਫਿਰ ਕੀ ਵਿਕਾਸ ਨਜ਼ਰ ਆ ਜੂ? ਦੇਖੋ, ਗੱਲ ਇੱਦਾਂ ਆ ਕਿ ਉੱਥੇ ਸੱਤਾ 'ਚ ਬੈਠ ਕੇ ਉਹਨੂੰ ਕੁਛ ਨਹੀਂ ਹੋ ਪਾਇਆ, ਉਹ ਥਾਂ ਕੀ ਕਹਿੰਦਾ, ਆਖਿਰ ਕੋਈ ਵਿਅਕਤੀ ਸੱਤਾ 'ਚ ਰਹਿ ਕੇ ਆਪਣੀ ਸੀਟ ਛੱਡ ਕੇ ਇੰਜੋਏ ਨਹੀਂ ਕੋਈ ਛੱਡ ਕੇ ਆਉਂਦਾ। ਸੱਤਾ ਸੁੱਖ ਸਾਰਿਆਂ ਨੂੰ ਚੰਗਾ ਲੱਗਦਾ, ਅਸੀਂ ਦੌੜ ਧੂਪ ਕਾਹਦੇ ਲਈ ਕਰ ਰਹੇ? ਸੱਤਾ ਸੁੱਖ ਲਈ, ਪਰ ਜਿਹਨੂੰ ਸੱਤਾ ਸੁੱਖ ਮਿਲੀ ਆ ਉਹ ਛੱਡ ਕੇ ਆਇਆ ਕਿਉਂ? ਕਿਉਂਕਿ ਜਿਹੜੇ ਉਹਨੇ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਸੀ ਕਰ ਪਾ ਰਿਹਾ, ਕਿਉਂਕਿ ਭਗਵੰਤ ਮਾਨ ਜਿਹੜੀ ਸਰਕਾਰ ਜਿਹੜੀ ਆ ਉਹਨਾਂ ਦੇ ਲਈ ਲੋਕਾਂ ਦੇ ਪ੍ਰਤੀ ਸੰਜੀਦਾ ਹੈ ਹੀ ਨਹੀਂ ਸੀ, ਉਹਨਾਂ ਦੇ ਪ੍ਰਤੀ ਉਹਨਾਂ ਦੀ ਜਵਾਬਦੇਹੀ ਆਪਣੀ ਸਮਝਦੇ ਹੀ ਨਹੀਂ ਰਹੇ ਸੀ, ਔਰ ਵਾਰ ਵਾਰ ਉਹਨਾਂ ਦੇ ਕਹਿਣ ਦੇ ਉੱਤੇ ਕਿ ਵੀ ਆਹ ਕਰੋ, ਇਹਨੂੰ ਠੀਕ ਸਮਝੋ, ਆਹ ਕੰਮ ਕਰੋ, ਇੱਥੇ ਹਸਪਤਾਲ ਬਣਾਓ, ਇੱਥੇ ਆਹ ਚੀਜ਼ਾਂ ਚਾਹੀਦੀਆਂ, ਸੜਕਾਂ ਦਾ ਨਿਰਮਾਣ, ਤੁਸੀਂ ਇੱਥੇ ਘੁੰਮਦੇ ਰਹੋ ਅਤੇ ਤੁਸੀਂ ਕਿਸੇ ਬੁਰਾ ਹਾਲ ਹੈ। ਔਰ ਅੱਜ ਤੁਸੀਂ ਦੇਖੋ, 2-3 ਦਿਨ ਤੋਂ
ਪੂਰੇ ਪੰਜਾਬ ਦੇ ਕਾਰਪੋਰੇਸ਼ਨਾਂ ਦੀਆਂ ਮਸ਼ੀਨਰੀਆਂ ਇੱਥੇ ਸਫਾਈ 'ਤੇ ਲੱਗੀਆਂ, ਫਿਰ ਵੀ ਉਹ ਹਾਲ ਸਾਫ਼ ਨਹੀਂ ਹੋ ਗਿਆ 10 ਦਿਨ ਤੋਂ ਲੱਗੇ। ਭਾਵ ਕਿੱਡਾ ਬੜਾ ਇੱਥੇ ਨੁਕਸਾਨ ਕੀਤਾ ਹੋਊਗਾ, ਇਹ ਕਿਹਨੇ ਕਰਨਾ ਸੀ? ਕਾਰਪੋਰੇਸ਼ਨ ਨੇ ਕਰਨਾ ਸੀ, ਸਰਕਾਰ ਨੇ ਕਰਨਾ ਸੀ, ਉਹ ਤਾਂ ਕੀ ਜ਼ਿੰਮੇਵਾਰੀਆਂ ਨਿਭਾਈਆਂ ਨਹੀਂ। ਔਰ ਇਹ ਵਾਰ ਵਾਰ ਉਹਨਾਂ ਦੇ ਵੱਲੋਂ ਕਹਿਣ ਦੇ ਬਾਵਜੂਦ ਵੀ ਉਹ ਕੰਮ ਨਹੀਂ ਹੋਇਆ। ਵਿਕ ਰਿਹਾ ਨਸ਼ਾ, ਵਿਕ ਰਿਹਾ ਸੀ ਨਸ਼ਾ, ਵੱਧ ਰਿਹਾ ਸੀ। ਦੜਾ ਸੱਟਾ ਕਹਿੰਦੇ ਲਿਆਓ ਤਾਂ ਫੜੋ ਚਲੀ ਗਈ, ਮੈਂ ਨਾਲ ਚੱਲਦਾ ਦੱਸੋ ਕਿੱਥੇ ਬਣਨਾ। ਦੜਾ ਸੱਟਾ ਵੱਧ ਰਿਹਾ ਆ, ਤੁਹਾਡੇ ਨਸ਼ਾ ਵੱਧ ਰਿਹਾ ਆ, ਅਰਾਜਕਤਾ ਵੱਧ ਰਹੀ ਆ, ਫਿਰੌਤੀਆਂ ਵੱਧ ਰਹੀਆਂ, ਰੋਜ਼ ਗੁੰਡਾਗਰਦੀ ਵੱਧ ਰਹੀ ਆ, ਔਰ ਉਹ ਸਾਰੀਆਂ ਨੂੰ ਸ਼ੈਲਟਰ ਜਿਹੜੀ ਆ ਉਹ ਸਰਕਾਰ ਦੇ ਰਹੀ ਆ। ਔਰ ਇਸ ਕਰਕੇ ਸੀਤਲ ਉਂਗਰਾਲ ਨੇ ਆਪਣੀ ਉਸ ਪਦਵੀ ਨੂੰ ਛੱਡ ਕੇ, ਸੱਤਾ ਸੁੱਖ ਛੱਡ ਕੇ ਆਇਆ ਕਿ ਮੈਂ ਜੋ ਜਨਤਾ ਨਾਲ ਵਾਅਦੇ ਕੀਤੇ ਉਹ ਪੂਰੇ ਨਹੀਂ ਕਰ ਪਾ ਰਿਹਾ, ਕਿਉਂਕਿ ਸਰਕਾਰ ਸਾਡੇ ਪ੍ਰਤੀ ਗੰਭੀਰ ਨਹੀਂ ਹੈ, ਔਰ ਉਹਦੇ ਕਾਰਨ ਉਹ ਛੱਡ ਕੇ ਆਇਆ। ਔਰ ਹੁਣ ਇੱਥੇ ਆਣ ਕੇ, ਐਸਾ ਨਹੀਂ ਹੈ ਕਿ ਸਰਕਾਰ 'ਚ ਰਹਿ ਕੇ ਵੀ ਨਹੀਂ, ਆਪੋਜੀਸ਼ਨ 'ਚ ਆਣ ਕੇ ਸਰਕਾਰ 'ਚ ਰਹਿ ਕੇ ਉਹ ਝੰਡਾ ਵੀ ਨਹੀਂ ਸੀ ਚੱਕ ਸਕਦਾ, ਉਹ ਉਹਨਾਂ ਨੂੰ ਖਿਚਾਈ ਵੀ ਨਹੀਂ ਸੀ ਕਰ ਸਕਦਾ। ਆਪੋਜੀਸ਼ਨ 'ਚ ਰਹਿ ਕੇ ਅਸੀਂ ਸਾਰੇ ਝੰਡਾ ਚੱਕ ਸਕਦੇ ਹਾਂ ਔਰ ਸਰਕਾਰ ਨੂੰ ਸਾਡੀ ਸੜਕ 'ਤੇ ਲਿਆ ਸਕਦੇ ਹਾਂ। ਇਸ ਕਰਕੇ ਸਰਕਾਰ ਆਪੋਜੀਸ਼ਨ 'ਚ ਰਹਿ ਕੇ ਅਸੀਂ ਬਹੁਤ ਸਾਰੇ ਕੰਮ ਕਰਵਾ ਸਕਦੇ ਹਾਂ। ਚਲੋ, ਥੈਂਕ ਯੂ, ਥੈਂਕ ਯੂ। ਦੇਖੋ, ਬੀਜੇਪੀ ਦੇ ਸੀਨੀਅਰ ਲੀਡਰ ਦਾ ਕਹਿਣਾ ਹੈ ਕਿ ਓਪੋਜੀਸ਼ਨ 'ਚ ਰਹਿ ਕੇ ਵੀ ਕੰਮ ਕਰਵਾਏ ਜਾ ਸਕਦੇ, ਇਹੋ ਜਿਹੀ ਕੋਈ ਗੱਲ ਨਹੀਂ ਹੈ ਵਿਕਾਸ ਦੇ ਮੁੱਦੇ। ਹਾਲਾਂਕਿ ਬੀਜੇਪੀ ਦੇ ਪੰਜਾਬ ਵਿਧਾਨ ਸਭਾ 'ਚ 2 MLA ਆ, ਜਦੀ ਸ਼ੀਤਲ ਉਂਗਰਾਲ ਜੀ ਜਿੱਤ ਜਾਂਦੇ ਆ ਤਾਂ ਬੀਜੇਪੀ ਦੀ ਸੰਖਿਆ ਵੱਧ ਕੇ 3 ਹੋ ਜਾਂਦੀ ਆ। 117 MLA 'ਚੋਂ 3 ਬੀਜੇਪੀ ਦੇ ਹੋਣਗੇ, ਪਰ ਬੀਜੇਪੀ ਦੇ ਸੀਨੀਅਰ ਲੀਡਰਾਂ ਦਾ ਮੰਨਣਾ ਜਦੀ ਸਾਡੀ ਸੰਖਿਆ ਵੱਧਦੀ ਆ ਤਾਂ ਅਸੀਂ ਮਤਲਬ ਕਿ ਵਿਪਕਸ਼ 'ਚ ਰਹਿੰਦੇ ਹੋਏ ਵੀ ਵਿਕਾਸ ਦੇ ਜਿਹੜੇ ਮੁੱਦੇ ਆ ਉਹਨਾਂ ਨੂੰ ਸੋਲਡ ਆਊਟ ਕਰ ਸਕਦੇ ਆ। ਮੈਂ ਦਿਨੇਸ਼ ਗੋਇਲ, ਕੈਮਰਾਮੈਨ ਸੁਮਿਤ ਦੇ ਨਾਲ, ਥੈਂਕਸ ਫੋਰ ਟੀਵੀ ਲਈ ਚੰਡੀਗੜ੍ਹ ਤੋਂ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।